ਟ੍ਰਾਂਸਫਾਰਮਰ ਨੂੰ ਸਾਡਾ ਤੋੜਿਆ ਗਿਆ ਤੇ ਬਿਜਲੀ ਬੋਰਡ ਸਾਡਾ ਤੋੜਿਆ ਗਿਆ ਉਹਦੇ ਸਬੰਧ ਵਿੱਚ ਜੋ ਸਾਡੇ ਜਥੇਬੰਦੀ ਦੇ ਆਗੂਆਂ ਨੇ ਸਾਨੂੰ ਹਦਾਇਤ ਕੀਤੀ ਆ ਵੀ ਆਪਾਂ ਪਿੰਡਾਂ 'ਚ ਪੰਜ ਰੋਜ਼ਾ ਧਰਨਾ ਲਾਉਣਾ ਹਾਂ ਉਹ ਪੰਜ ਰੋਜ਼ਾ ਧਰਨਾ ਅਸੀਂ ਚਲਾ ਰਹੇ ਹਾਂ ਸਾਡੇ ਨਗਰ ਦਾ ਬਹੁਤ ਸਹਿਯੋਗ ਹੈ ਬਹੁਤ ਵਧੀਆ ਜਹੰਗਾਰਾ ਮਿਲਿਆ ਵਧੀਆ ਚੱਲ ਰਿਹਾ ਕੱਲ ਨੂੰ ਅਸੀਂ ਔਰਤਾਂ ਦਾ ਬਹੁਤ ਵੱਡਾ ਇੱਕ ਇਕੱਠ ਕਰ ਰਹੇ ਹਾਂ ਜੇ ਸਾਡਾ ਇਹ ਮੰਗਾਂ ਨਹੀਂ ਸਰਕਾਰ ਮੰਨਦੀ ਤਾਂ ਗਾਹਾਂ ਜੋ ਸਾਡੇ ਆਗੂ ਕਹਿਣਗੇ ਅਸੀਂ ਹੋਰ ਵੱਡਾ ਸੰਘਰਸ਼ ਕਰਨ ਨੂੰ ਤਿਆਰ ਰਹਾਂਗੇ ਸਾਡੇ ਪਿੰਡ ਦੇ ਲੋਕ ਬਹੁਤ ਸਹਿਯੋਗ ਦੇ ਰਹੇ ਨੇ ਜੀਤ ਸਿੰਘ ਜੀ ਪਿੰਡ ਭੈਣੀ ਜੱਸਾ ਪਿੰਡ ਭੈਣੀ ਜੱਸਾ ਕਿਸਾਨ ਯੂਨੀਅਨ ਦੇ ਪ੍ਰਧਾਨ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਇਹ ਜਿੰਨਾ ਚਿਰ ਸਾਡੀ ਮੰਡੀ ਬੋਰਡ ਦੇ ਟੁੱਟੂ ਅਸੀਂ ਜੰਗ ਜਾਰੀ ਰੱਖਾਂਗੇ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਇਵੇਂ ਜਿਵੇਂ ਤਾਂ ਜਿੰਨਾ ਚਿਰ ਵੀ ਸਾਡੀਆਂ ਗਾਹਾਂ ਆਗੂ ਕਹਿਣਗੇ ਉਵੇਂ ਜਿਵੇਂ ਸੰਘਰਸ਼ ਤੇਜ਼ ਕਰਾਂਗੇ ਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦਾ ਪਿੰਡ ਇਕਾਈ ਦਾ ਸ੍ਰੀ ਅਮਿਤ ਪ੍ਰਧਾਨ ਜੋ ਮੋਦੀ ਸਰਕਾਰ ਨੇ 3 ਆਰਡੀਨੈਂਸ ਲੈ ਕੇ ਆਉਂਦੇ ਨੇ ਉਹ ਕਿਸਾਨ ਮਜ਼ਦੂਰ ਲਈ ਬਹੁਤ ਹੀ ਘਾਤਕ ਨੇ ਜਿਨ੍ਹਾਂ ਦਾ ਵਿਰੋਧ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਨੇ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨੇ ਇਹ ਬੀੜਾ ਚੁੱਕਿਆ 3 ਆਰਡੀਨੈਂਸਾਂ ਨੂੰ ਰੱਦ ਕਰਾਉਣ ਦਾ ਜਿਵੇਂ ਬਿਜਲੀ ਬੋਰਡ ਨੂੰ ਸੂਬਾ ਸਰਕਾਰਾਂ ਦੇ ਹੱਥੋਂ ਸੈਂਟਰ ਸਰਕਾਰ ਨੇ ਆਪਦੇ ਹੱਥਾਂ 'ਚ ਲੈਣਾ ਅਤੇ MSC ਖਰੀਦ ਬੰਦ ਕਰਨੀ ਅਤੇ ਠੇਕਾ ਖੇਤੀ ਸਿਸਟਮ ਜੋ 3 ਆਰਡੀਨੈਂਸ ਨੇ ਇਹ ਭਰਾਵੋ ਬਹੁਤ ਘਾਤਕ ਨੇ ਜੋ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਇਹਨਾਂ ਨੂੰ ਥੱਲੇ ਲਿਆਉਣ ਖਾਤਰ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ 5 ਰੋਜ਼ਾ ਮੋਰਚਾ ਸਾਰੇ ਪੰਜਾਬ ਵਿੱਚ ਸਾਰੇ ਪਿੰਡਾਂ ਵਿੱਚ ਲਾਉਣ ਜਾ ਰਹੇ ਹਾਂ ਅੱਜ ਪਹਿਲਾ ਦਿਨ ਅਸੀਂ ਮੋਰਚੇ ਦੀ ਸ਼ੁਰੂਆਤ ਕਰੀ ਹੈ ਸਾਰੇ ਪੰਜਾਬ ਵਿੱਚ ਸਾਡੇ 600 ਪਿੰਡ ਵਿੱਚ ਇਹ ਲੱਗ ਚੁੱਕੇ ਨੇਗੇ ਮੋਰਚੇ ਅਸੀਂ 5 ਦਿਨ ਇਹਦੀ ਸ਼ਮੂਲੀਅਤ ਵਧਾਉਣੀ ਹੈ ਅਤੇ ਜੋ ਵਿਧਾਇਕ BJP ਸ਼੍ਰੋਮਣੀ ਅਕਾਲੀ ਦਲ ਦੇ ਨੇ ਚਾਹੇ MP ਨੇ ਚਾਹੇ MLA ਨੇ ਜੇ ਪਿੰਡਾਂ ਵਿੱਚ ਵੜਨਗੇ ਸਾਡੀਆਂ ਫਲੈਕਸਾਂ ਲਾਈਆਂ ਹੋਈਆਂ ਨੇ ਇਹਨਾਂ ਦਾ ਪੂਰਨ ਤੌਰ 'ਤੇ ਘਿਰਾਓ ਕਰਾਂਗੇ ਅਤੇ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਚਾਹੇ 2002 ਵਾਲੀਆਂ ਚੋਣਾਂ ਆ ਜਾਣ ਅਸੀਂ ਉਦੋਂ ਵੀ ਨਹੀਂ ਇਹਨਾਂ ਨੂੰ ਤਾੜਨਾ ਦਿੱਤੀ ਹੋਈ ਹੈ ਵੀ ਵੜਨ ਦੇਵਾਂਗੇ ਕਿਉਂ BJP ਸ਼੍ਰੋਮਣੀ ਅਕਾਲੀ ਦਲ ਇਹ ਭਾਈਵਾਲ ਪਾਰਟੀ ਹੈ ਜੋ ਬਾਦਲਾਂ ਦੀ ਨੂੰਹ ਹੈ ਹਰਸਿਮਰਤ ਕੌਰ ਉਹਨੇ ਸੈਂਟਰ ਦੇ ਵਿੱਚ ਆਰਡੀਨੈਂਸਾਂ ਦੇ ਹੱਕ ਵਿੱਚ ਵੋਟ ਪਾਈ ਹੈ ਅਸੀਂ ਤਾਂ ਕਰਕੇ ਉਹਨਾਂ ਦਾ ਵਿਰੋਧ ਕਰਦੇ ਹਾਂ ਜੇ ਕੈਪਟਨ ਦੀ ਸਰਕਾਰ ਅਤੇ BJP ਅਕਾਲੀ ਸਰਕਾਰ ਇਹ ਸਾਰੇ ਰਲੇ ਹੋਏ ਨੇ ਇਹ ਧਰਨੇ ਅਸੀਂ ਇਸ ਵਿਸ਼ੇ 'ਤੇ ਲਾ ਰਹੇ ਹਾਂ ਜਿਹੜਾ ਮੋਦੀ ਸਰਕਾਰ ਨੇ ਆਰਡੀਨੈਂਸ ਜਾਰੀ ਕੀਤੇ ਨੇ ਉਹ ਜਿਹੜੇ ਆਰਡੀਨੈਂਸ ਜਾਰੀ ਕਰਿਆ ਉਹ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਵਾਸਤੇ ਘਾਤਕ ਨੇ ਕਿਉਂਕਿ ਇਹ ਆਰਡੀਨੈਂਸ ਮੰਡੀ ਬੋਰਡ ਜਿਹੜਾ ਪ੍ਰਾਈਵੇਟ ਕਰ ਦਿੱਤਾ ਸਰਕਾਰੀ ਖਰੀਦ ਬੰਦ ਕਰ ਦਿੱਤੀ ਇਹਦੇ ਵਿੱਚ ਬਹੁਤ ਕਿਸਾਨਾਂ ਦਾ ਨੁਕਸਾਨ ਹੋ ਗਿਆ ਅਤੇ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਸੀ ਜਾਂ ਆੜ੍ਹਤੀਆ ਵਰਗ ਕੰਮ ਕਰਦਾ ਸੀਗਾ ਉਹਦੇ ਉੱਤੇ ਇਹਨਾਂ ਨੇ ਇੱਕ ਜਿਵੇਂ ਆਪਾਂ ਕਹਿੰਦੇ ਨੇ ਪੋਚਾ ਫੇਰ ਦਿੱਤਾ ਇਹ ਕਿਸਾਨ ਮਜ਼ਦੂਰ ਆੜ੍ਹਤੀਆ ਵਰਗ ਇਸ ਦੇ ਖਿਲਾਫ਼ ਸਾਰੇ ਪੰਜਾਬ ਦੇ ਵਿੱਚ ਉੱਠੇ ਹੋਏ ਨੇ ਕਿਉਂਕਿ ਇਹ ਕਿਸਾਨ ਮਾਰੂ ਨੀਤੀਆਂ ਬਿਜਲੀ ਬੋਰਡ ਕੈਪਟਨ ਸਰਕਾਰ ਨੇ ਸੈਂਟਰ ਸਰਕਾਰ ਨੂੰ ਦੇ ਦਿੱਤਾ ਇਹ ਬਿਜਲੀ ਬਹੁਤ ਮਹਿੰਗੀ ਹੈ ਮਹਿੰਗੀ ਕਰਨਗੇ ਕਿਉਂਕਿ ਇਹ ਬਿੱਲ ਵੀ ਲਾਉਣਗੇ ਸੈਂਟਰ ਸਰਕਾਰ ਗਾਹਾਂ ਪ੍ਰਾਈਵੇਟ ਕੰਪਨੀ ਦੇ ਹੱਥਾਂ ਦੇ ਵਿੱਚ ਦੇ ਰਹੀ ਆ ਪ੍ਰਾਈਵੇਟ ਕੰਪਨੀ ਆਊਗੀ ਇਹਦੇ ਉੱਤੇ ਉਸ ਨੇ ਬਿੱਲ ਲਾ ਦੇਣੇ ਨੇ ਘਰਾਂ ਦੇ ਵਿੱਚ ਵੀ ਬਿੱਲ ਜਿਹੜੇ ਮਜ਼ਦੂਰਾਂ ਦੀ 400 ਯੂਨਿਟ ਕੀਤੀ ਹੋਈ ਸੀ ਇਹਦੇ ਉੱਤੇ ਕੱਟ ਲਾਇਆ ਹੋਇਆ ਸੀਗਾ ਵੀ ਇਹ ਫਰੀ ਹੋਵੇ ਪਰ ਹੁਣ ਇਹ ਨੀਤੀਆਂ ਨੇ ਜਿਹੜੀਆਂ ਸਰਕਾਰ ਦੀਆਂ ਇਹ ਬਿੱਲ ਲਾਉਣ ਜਾ ਰਹੀਆਂ ਨੇ ਇਹ ਯੂਨਿਟਾਂ ਨੂੰ ਕੱਟ ਰਹੀਆਂ ਨੇ ਕਿਸਾਨਾਂ ਦਾ ਇਹਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਕਿਉਂਕਿ ਇਹ ਕਿਸਾਨ ਮਾਰੂ ਨੀਤੀਆਂ ਸਰਕਾਰ ਦੀਆਂ ਇਹ ਬਹੁਤ ਕਿਸਾਨਾਂ ਨੂੰ ਤੰਗ ਕਰ ਰਹੀਆਂ ਨੇ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਕਰਦੇ ਹਾਂ ਇਹਦੇ ਖਿਲਾਫ਼ ਧਰਨੇ ਲਾਏ ਨੇ ਇਹ ਆਰਡੀਨੈਂਸ ਜਿੰਨਾ ਚਿਰ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਟੇਕ ਕੇ ਨਹੀਂ ਬੈਠਾਂਗੇ।